ਜਿਆਦਾ ਵੇਖਦਾ ਜੀ ਜਿਉਂ ਅਹੀਂ ਸਵੇਰ ਤੋਂ ਉੱਠ ਕੇ ਨਾ ਸ਼ਾਮਾਂ ਤੱਕ ਅਹੀਂ ਕੁੱਤੇ ਜਿਸ ਤਰ੍ਹਾਂ ਮੁੜ ਗਏ ਇਸ ਤਰ੍ਹਾਂ ਲੋਕਾਂ ਦੇ ਨਾਲ ਲੜਾਈ ਕਰਦੇ ਅਹੀਂ ਨਵੇਂ ਆਏ ਆ ਸਾਨੂੰ ਪਤਾ ਨਹੀਂ ਸੀ ਇੱਥੇ ਕਿੰਨੇ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੇ ਕੇ ਲੋਕ ਇੱਥੇ ਬਹੁਤ ਲੋਕ ਆਉਂਦੇ ਇੱਥੇ ਬਹੁਤ ਜ਼ਿਆਦਾ ਇਹ ਨਾ ਜੀ ਕਾਫੀ ਚਿਰ ਤੋਂ ਹੀ ਮੰਗ ਹੀ ਲੋਕਾਂ ਦੀ ਵੀ ਮੰਗ ਹੀ ਜਿਹੜੇ ਇੱਥੇ ਰਹਿੰਦੇ ਆ ਕਿ ਸਾਡੇ ਆ ਲਾਓ ਤੇ ਜਿੰਨੇ ਵੀ ਲੋਕੀ ਨਸ਼ਾ ਵੇਚਦੇ ਆ ਤੇ ਉਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਜੋ ਵੀ ਕਰ ਸਕਦੇ ਆ ਕਰੀਏ ਪੁਲਿਸ ਪ੍ਰਸ਼ਾਸਨ ਪੂਰਾ ਸਾਥ ਦਿੰਦੇ ਆ ਇਹ ਆਪਣੇ ਤੌਰ ਤੇ ਜੋ ਵੀ ਕਰਨਗੇ ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਅਸੀਂ ਤਾਂ ਇੱਥੋਂ ਤੱਕ ਕਿਹਾ ਕਿ ਜਿੰਨੇ ਵੀ ਮੁੰਡੇ ਨਸ਼ਾ ਛੱਡਣਾ ਚਾਹੁੰਦੇ ਸਾਡੇ ਨਾਲ ਸੰਪਰਕ ਕਰਨ ਪਹਿਲਾਂ ਵੀ ਅੱਜ ਤੋਂ 2 ਸਾਲ ਪਹਿਲਾਂ ਆਪਾਂ ਸਾਰਿਆਂ ਨੂੰ ਦਵਾਈ ਕਾਰਡ ਬਣਵਾ ਕੇ ਦਿੱਤੇ ਸੀ ਹੁਣ ਵੀ ਅਸੀਂ ਇਹੋ ਅਪੀਲ ਕਰਦੇ ਹਾਂ ਕਿ ਜਿਨ੍ਹਾਂ ਨੇ ਦਵਾਈ ਛੱਡਣੀ ਆ ਉਹ ਸਾਡੇ ਨਾਲ ਸੰਪਰਕ ਕਰਨ ਜੋ ਵੀ ਨਸ਼ਾ ਛੱਡਣਾ ਚਾਹੁੰਦੇ ਸਾਡੇ ਨਾਲ ਸੰਪਰਕ ਕਰਨ ਤੇ ਅਸੀਂ ਸਾਰਿਆਂ ਦਾ ਇਲਾਜ ਕਰਾਵਾਂਗੇ ਪੁਲਿਸ ਪ੍ਰਸ਼ਾਸਨ ਨੇ ਕੀ ਭਰੋਸਾ ਦਵਾਇਆ ਤੁਹਾਨੂੰ ਅੱਜ ਮੀਟਿੰਗ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਹੈ ਜੀ ਉਹ ਕਹਿੰਦੇ ਆ ਕਿ ਅਸੀਂ ਤੁਹਾਡੇ ਬਿਨਾਂ ਕਹੇ ਤੋਂ ਹੀ ਸਾਰਾ ਕੁਝ ਕਰਾਂਗੇ ਵੀ ਜੋ ਕੁਝ ਵੀ ਸਾਡੇ ਹੱਥ ਵਾਸ ਅਸੀਂ ਸਾਰਾ ਆਪਣਾ ਵੀ ਜਿਹੜੇ ਗਲਤ ਅੰਸਰ ਇੱਥੇ ਹੈਗੇ ਆ ਜਾਂ ਨਸ਼ਾ ਵੇਚਦੇ ਉਹਨਾਂ ਦਾ ਅਸੀਂ ਸਰਕਾਰ ਨੂੰ ਤੇ ਡੀਸੀ ਸਾਹਿਬ ਨੂੰ ਜਾਂ ਐਸਐਮਓ ਸਾਹਿਬ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਜਿਹਦੇ ਵਿੱਚ ਸਾਡੀ ਮੰਗ ਇਹ ਹੈ ਕਿ ਅੱਜ ਤੋਂ ਮਤਲਬ ਕਿ ਪਹਿਲਾਂ ਵੀ ਇਹੋ ਚੀਜ਼ ਚੱਲਦੀ ਸੀ ਕਿ ਉੱਥੇ ਦਵਾਈ ਮੌਕੇ ਤੇ ਪੀਸ ਕੇ ਉਹਨਾਂ ਦੇ ਮੂੰਹ 'ਚ ਪਾਉਂਦੇ ਸੀ ਠੀਕ ਹੈ ਜੀ ਤੇ ਹੁਣ ਕੀ ਕਰਦੇ ਕਿ ਹੁਣ ਜਿਨ੍ਹਾਂ ਦੇ ਕਈਆਂ ਨੇ ਜਾਲੀ ਕਾਰਡ ਬਣਾਏ ਆ ਉਹ ਦਵਾਈ ਲੈ ਆਉਂਦੇ ਆ ਆਣ ਕੇ ਗੋਲੀਆਂ ਵੇਚ ਦਿੰਦੇ ਆ ਅਸੀਂ ਇਹ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਮੌਕੇ ਤੇ ਉੱਥੇ ਹੀ ਦਵਾਈ ਪੀਸ ਕੇ ਜਿੰਨੀਆਂ ਵੀ ਗੋਲੀਆਂ ਜੋ ਖਾਂਦਾ ਦਵਾਈ ਲੈਂਦਾ ਵਾ ਉਹਨੂੰ ਉਸੇ ਵੇਲੇ ਮੌਕੇ ਤੇ ਪੀਸ ਕੇ ਉਹਦੇ ਮੂੰਹ 'ਚ ਪਾਈ ਜਾਵੇ ਨਾ ਕਿ ਨਾਲ ਲਿਆਉਣ ਵਾਸਤੇ ਨਾ ਦਿੱਤੀ ਜਾਵੇ ਕਿਹੜੀ ਜਗ੍ਹਾ ਤੇ ਜਿਹੜਾ ਨਸ਼ਾ ਵਿਕ ਰਿਹਾ ਕਿੱਥੇ ਤੁਸੀਂ ਸਰ ਇਸ ਟਾਈਮ ਤੇ ਆਪਾਂ ਨੇਮ ਵਾਲੀ ਘਾੜੀ ਖਲੋਤੇ ਆ ਤਕਰੀਬਨ ਸਾਰੇ ਗੋਇੰਦਵਾਲ ਦੇ ਵਿੱਚ ਹੀ ਕੋਈ ਮਹੱਲਾ ਜਾਂ ਕੋਈ ਮੇਰੇ ਸਾਹਮਣੇ ਰਹਿ ਨਹੀਂ ਗਿਆ ਕਿ ਜਿੱਥੇ ਨਸ਼ਾ ਵਿਕਦਾ ਨਹੀਂ ਆ ਲਾਗੋ ਲਾਗੋ ਪਿੰਡਾਂ ਤੋਂ ਕੋਈ ਹੰਸਾਲ ਤੋਂ ਆਪਣਾ ਧੁੰਦਾ ਲਾਗੇ ਲਾਗੇ ਜਿੰਨੇ ਵੀ ਪਿੰਡ ਆ ਸਾਰੇ ਪਿੰਡਾਂ ਤੋਂ ਇੱਥੇ ਆਣ ਕੇ ਲੋਕੀ ਨਸ਼ਾ ਲੈ ਕੇ ਜਾਂਦੇ ਆ ਜੀ ਜੀ ਅੱਜ ਨਸ਼ਾ ਕਮੇਟੀ ਬਣੀ ਹੋਈ ਹੈ ਗੋਇੰਦਵਾਲ ਸਾਹਿਬ ਦੀ ਉਹਨਾਂ ਦੀ ਮੀਟਿੰਗ ਹੋਈ ਸੀ ਪੁਲਿਸ ਪ੍ਰਸ਼ਾਸਨ ਦੇ ਨਾਲ ਮੀਟਿੰਗ ਵਿੱਚ ਜੋ ਫੈਸਲੇ ਲਏ ਗਏ ਕਿ ਪਹਿਲਾ ਫੈਸਲਾ ਲਿਆ ਗਿਆ ਵੀ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਵਾਰਨਿੰਗ ਦਿੱਤੀ ਜਾਵੇ ਉਹਨਾਂ ਨੂੰ ਭਰਤੀ ਕੀਤਾ ਜਾਵੇ ਉਹਨਾਂ ਦਾ ਇਲਾਜ ਕੀਤਾ ਜਾਵੇ ਤੇ ਜਿਹੜੇ ਵੇਚਦੇ ਨੇ ਉਹਨਾਂ ਦੇ ਘਰਾਂ ਜਾ ਕੇ ਇੱਕ ਵਾਰੀ ਉਹਨਾਂ ਨੂੰ ਵਾਰਨਿੰਗ ਦਿੱਤੀ ਜਾਵੇ ਤੇ ਅਸੀਂ ਘਰ ਘਰ ਜਾਣ ਡੇ ਨੇ ਉਹ ਮਹੱਲਾ ਜਿਹੜਾ ਹੌਟਸਪੌਟ ਆ ਨਸ਼ੇ ਦਾ ਉਹ ਮਹੱਲੇ ਦੇ ਵਿੱਚ ਬਹੁਤ ਵਾਰ ਬੰਦੇ ਨਾਲ ਲੈ ਕੇ ਜਾ ਕੇ ਉਹਨਾਂ ਨੂੰ ਵਾਰਨਿੰਗ ਵਗੈਰਾ ਦੇ ਰਹੇ ਇੱਕ ਵਾਰੀ ਵਾਰਨਿੰਗ ਦਿੱਤੀ ਹੋਈ ਆ ਜੇ ਇਸ ਤੋਂ ਸਵਾਏ ਜੋ ਨਾ ਵੀ ਹਟੇ ਫਿਰ ਤੇ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹਨਾਂ ਖਿਲਾਫ ਕੀਤੀ ਜਾਵੇ ਸਰ ਤੁਸੀਂ ਇਕੱਲੇ ਇਕੱਲੇ ਘਰ ਜਾ ਰਹੇ ਸਰ ਦੇਖਿਆ ਜਾ ਰਿਹਾ ਵੀ ਜਿਹੜਾ ਸਾਰਾ ਮਹੱਲਾ ਹੀ ਤਕਰੀਬਨ ਜਿਹੜਾ ਵਿੱਚ ਪਿਆ ਵੇਖੋ ਵੇਚਣ ਦੀ ਸ਼ਿਕਾਇਤ ਇੱਥੇ ਹੈਗੀ ਹੈ ਤੇ ਪੁਲਿਸ ਵੱਲੋਂ ਸਮੇਂ ਸਮੇਂ ਤੇ ਕਾਰਵਾਈ ਵੀ ਕੀਤੀ ਜਾਂਦੀ ਰਹੀ ਹੈ ਇਹਨਾਂ ਦੇ ਕਾਫੀ ਬੰਦੇ ਅੰਦਰ ਨੇ ਇਹ ਮਹੱਲੇ ਦੇ ਜਿਹੜੇ ਬਾਹਰ ਵੇਚ ਰਹੇ ਨੇ ਉਹਨੇ ਤੁਹਾਨੂੰ ਵਿਸ਼ਵਾਸ ਦਿਵਾਉਣਾ ਉਹਨਾਂ ਨੂੰ ਵੀ ਫੜ ਕੇ ਪਰਚਾ ਦੇ ਕੇ ਉਹਨਾਂ ਨੂੰ ਅੰਦਰ ਭੇਜਿਆ ਜਾਵੇ ਜਿਹੜੀ ਗੋਲੀ ਆ ਸਰਕਾਰੀ ਉਹਦਾ ਵੀ ਅਸੀਂ ਲਿਆ ਕੇ ਉਹ ਤੇ ਵੇਚ ਰਿਹਾ ਤੇ ਉਹਦੇ ਵਿੱਚ ਕੀ ਆ ਵੀ ਕਹਿੰਦੇ ਜਾਲੀ ਕਾਰਡ ਵੀ ਬਣੇ ਆ ਜਿਹੜੇ ਨਸ਼ਾ ਨਹੀਂ ਕਰਦੇ ਉਹ ਵੀ ਲਿਆ ਕੇ ਵੇਚਦੇ ਹਾਂ ਇਹ ਸਾਨੂੰ ਸ਼ਿਕਾਇਤ ਮਿਲੀ ਹੈ ਪਬਲਿਕ ਵੱਲੋਂ ਬਟ ਇਹਦਾ ਅਸੀਂ ਸਿਵਲ ਸਰਜਨ ਲੈਵਲ ਤੇ ਪੁੱਟ ਅਪ ਕਰਾਂਗੇ ਤੇ ਇਹਦਾ ਕੋਈ ਹੱਲ ਕਰਾਂਗੇ ਸਰ ਸਾਰਾ ਅੱਜ ਤੁਹਾਡੇ ਨਾਲ ਪਿੰਡ ਤੋਂ ਨਾਲ ਆ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਮੈਂ ਇਹਨਾਂ ਨੂੰ ਪਿੰਡ ਵਾਲੇ ਸਾਡੇ ਨਾਲ ਤੁਰੇ ਨੇ ਬੜੇ ਦਿਲੋਂ ਤੁਰੇ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਪੁਲਿਸ ਪ੍ਰਸ਼ਾਸਨ ਦੀ ਦਿਲੋਂ ਮਦਦ ਕਰਨ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਵੇਗੀ ਸ਼ਰਿਆਮ ਸਾਡੀ ਮਦਦ ਕਰਨ ਜਿਹੜੇ ਸ਼ਰਿਆਮ ਕਰਨੀ ਚਾਹੁੰਦੇ ਨੇ ਸ਼ਰਿਆਮ ਕਰਨ ਜਿਹੜੇ ਕੋਈ ਸਿਗਰਟ ਰਹਿ ਕੇ ਕਰਨੀ ਚਾਹੁੰਦੇ ਨੇ ਸਿਗਰਟ ਕਰਨ ਮੈਂ ਵਿਸ਼ਵਾਸ ਦਿਵਾਉਣਾ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਦੇ ਸੰਬੰਧ ਵਿੱਚ ਕੋਈ ਵੀ ਢਿੱਲ ਨਹੀਂ ਵਰਤੀ ਜਾਊਗੀ ਜਿਹੜਾ ਬੰਦਾ ਵੀ ਫੜਿਆ ਗਿਆ ਉਹਦੇ ਖਿਲਾਫ ਠੋਸ ਕਾਨੂੰਨੀ ਕਰਵਾਈ